ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਲੁਧਿਆਣਾ ਲੋਕ ਸਭਾ ਸੀਟ ਤੋਂ ਪਾਰਟੀ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਐਮਪੀ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਤੇ ਅਕਾਲੀ ਦਲ ਵੱਲੋਂ ਪੁਲਿਸ ਅਫਸਰ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਤਬਾਦਲਾ ਕਰਵਾਉਣ ਸਬੰਧੀ ਲਗਾਏ ਆਰੋਪਾਂ ਤੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਬਿੱਟੂ ਨੂੰ ਦੱਸਣਾ ਚਾਹੀਦਾ ਹੈ ਕਿ ਸ਼੍ਰੀ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲਸਾ ਦੇ ਪਤੀ ਦੀ ਮੌਤ ਲਈ ਕੌਣ ਜ਼ਿੰਮੇਦਾਰ ਸੀ। ਮੈਂ ਇੱਕ ਗੱਲ ਸਰਦਾਰ ਰਵਨੀਤ ਸਿੰਘ ਬਿੱਟੂ ਨੂੰ ਇਹ ਕਹਿਣਾ ਚਾਹੁੰਦਾ ਹੈਗਾ ਕਿ ਸਰਦਾਰ ਰਵਨੀਤ ਸਿੰਘ ਬਿੱਟੂ ਨੂੰ ਪਤਾ ਹੋਣਾ ਚਾਹੀਦਾ ਕਿ ਬੀਬੀ ਪਰਮਜੀਤ ਕੌਰ ਖਾਲੜਾ ਜਿਹੜੀ ਖਡੂਰ ਸਾਹਿਬ ਤੋਂ ਚੋਣ ਲੜ ਰਹੀ ਹੈ ਉਹਦੇ ਘਰ ਵਾਲੇ ਨੂੰ ਮਰਵਾਉਣ ਲਈ ਕੌਣ ਜ਼ਿੰਮੇਵਾਰ ਸੀਗੇ, ਮੈਨੂੰ ਇਸ ਗੱਲ ਦਾ ਜਵਾਬ ਦੇਣ, ਅਤੇ ਉਹਦਾ ਕਸੂਰ ਕੀ ਸੀਗਾ ਜਿਹਦੇ ਕਰਕੇ ਉਹਨੂੰ ਸਜ਼ਾ ਮੌਤ ਦੀ ਦਿੱਤੀ ਗਈ ਹੈ। ਸਰਦਾਰ ਰਵਨੀਤ ਸਿੰਘ ਬਿੱਟੂ ਨੂੰ ਇਹਨਾਂ ਗੱਲਾਂ ਨੂੰ ਨਹੀਂ ਛੇੜਨਾ ਚਾਹੀਦਾ ਜੇ ਇਹਦੇ 'ਤੇ ਮੈਂ ਟੱਕਣ ਚੁੱਕੇ ਨਾ, ਅਤੇ ਰਵਨੀਤ ਸਿੰਘ ਬਿੱਟੂ ਉਹਨਾਂ ਨੂੰ ਉਹਦਾ ਜਵਾਬ ਦੇਣਾ ਔਖਾ ਹੋ ਜੂ। ਪਹਿਲਾਂ ਇੱਕੋ ਹੀ ਮੇਰੀ ਗੱਲ ਦਾ ਸਰਦਾਰ ਰਵਨੀਤ ਸਿੰਘ ਬਿੱਟੂ ਜਵਾਬ ਦੇ ਦੇਣ ਕਿ ਜੇ ਉਹਨਾਂ ਵਿੱਚ ਮਾੜਾ ਜਿਹਾ ਵੀ ਲੋਕਾਂ ਲਈ ਦਰਦ ਸੀ ਜਾਂ ਨੌਜਵਾਨਾਂ ਪ੍ਰਤੀ ਪਿਆਰ ਸੀ ਜਾਂ ਨੌਜਵਾਨਾਂ ਦੇ ਆਪਣੇ ਆਪ ਨੂੰ ਆਪਣਾ ਪ੍ਰੋਗਰੈਸਿਵ ਨੌਜਵਾਨ ਸਮਝਦੇ ਹੋਏ ਉਹਨਾਂ ਦੀ ਆਵਾਜ਼ ਬਣਨਾ ਚਾਹੁੰਦੇ ਸੀ ਤਾਂ ਉਹਨਾਂ ਨੂੰ ਕਦੇ ਨਹੀਂ ਸੀ ਚਾਹੀਦਾ ਕਿ ਪਹਿਲਾਂ ਆਪਣੇ ਭਰਾ ਨੂੰ ਨੌਕਰੀ ਦਵਾਉਂਦੇ, DSP ਬਣਵਾਇਆ ਵੀ, ਕੁਆਲੀਫਿਕੇਸ਼ਨ ਵੀ ਵੇਵ ਕਰਾਈ, ਕੰਡੀਸ਼ਨਸ ਵੀ ਵੇਵ ਕਰਾਈ, ਏਜ ਵੀ ਵੇਵ ਕਰਾਈ, ਅਤੇ ਉਦੋਂ ਬਾਅਦ ਨੌਕਰੀ ਦਵਾਈ ਐਜ਼ ਏ ਟੈਰੋਰਿਸਟ ਵਿਕਟਮ 22 ਸਾਲ ਬਾਅਦ, ਜਦਕਿ ਉਹ ਫਸਟ ਡਿਗਰੀ ਫੈਮਿਲੀ ਦਾ ਡਿਗਰੀ ਵਿੱਚ ਵਾਰਸ ਹੀ ਨਹੀਂ ਗਿਆ। ਉਹਨਾਂ ਆਰੋਪ ਲਗਾਇਆ ਕਿ ਬਿੱਟੂ ਨੇ 5 ਸਾਲਾਂ 'ਚ ਲੁਧਿਆਣਾ ਦੇ ਲੋਕਾਂ ਦੀ ਬਿਹਤਰੀ ਲਈ ਕੁਝ ਨਹੀਂ ਕੀਤਾ। ਉਹਨਾਂ ਨੌਕਰੀ ਵੀ ਸਿਰਫ ਆਪਣੇ ਭਰਾ ਨੂੰ ਸ਼ਹੀਦ ਪਰਿਵਾਰ ਦੇ ਨਾਮ 'ਤੇ ਦਿਲਵਾਈ, ਬਾਵਜੂਦ ਇਸਦੇ ਕਿ ਪੂਰੇ ਪਰਿਵਾਰ ਨੂੰ ਨੌਕਰੀ ਮਿਲੀ ਹੋਈ ਹੈ ਜਿਸ ਵਿੱਚੋਂ ਕੋਈ ਵਿਧਾਇਕ ਹੈ ਅਤੇ ਕੋਈ ਮੰਤਰੀ। ਲੋਕ ਸਵਾਲ ਕਰਨਗੇ ਜਾਂ ਤੁਸੀਂ ਲੋਕਾਂ ਦੀ ਕਚਹਿਰੀ 'ਚ ਜਾਓਗੇ ਕਿ ਬਿੱਟੂ ਜੀ ਆ 4 ਇਸ਼ਤਿਹਾਰ ਲਾ ਕੇ 4 ਬੋਰਡ ਲਵਾ ਕੇ ਸ਼੍ਰੋਮਣੀ ਅਕਾਲੀ ਦਲ ਵੇਲੇ ਦੀਆਂ ਕੀਤੀਆਂ ਹੋਈਆਂ ਪ੍ਰਾਪਤੀਆਂ ਨੂੰ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰਦੇ ਹੋ, ਤੁਸੀਂ ਦੇਖ ਲਓ ਹੈਲਥ ਵਾਲੇ 'ਚ ਲਿਖਿਆ ਕਿ ਅਸੀਂ 1.5 ਲੱਖ ਰੁਪਏ ਕੈਂਸਰ ਪੇਸ਼ੈਂਟ ਲਈ ਦੇਣ ਲੱਗੇ, ਤੁਸੀਂ ਗਵਰਨਮੈਂਟ ਦੇ ਰਿਕਾਰਡ ਦੇਖ ਲਓ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਕੀਮ ਸ਼ੁਰੂ ਕੀਤੀ। ਹਾਂ ਇੱਕ ਗੱਲ ਤੋਂ ਕਹਿ ਸਕਦੇ ਆ ਕਿ ਜਿਵੇਂ ਇਹਨਾਂ ਨੇ ਬਾਦਲ ਸਾਹਿਬ ਦੀਆਂ ਦੂਜੀਆਂ ਸਾਰੀਆਂ ਸਕੀਮਾਂ ਬੰਦ ਕਰਤੀਆਂ, ਬੰਦ ਨਹੀਂ ਕੀਤੀ, ਇੰਨੀ ਕੁ ਮਿਹਰਬਾਨੀ ਇਹਨਾਂ ਦੀ ਜ਼ਰੂਰ ਕਹੀ ਜਾ ਸਕਦੀ ਹੈ। ਆਮ ਆਦਮੀ ਪਾਰਟੀ ਵੱਲੋਂ ਉਤਾਰੇ ਗਏ ਯੁਵਾ ਉਮੀਦਵਾਰ ਨੂੰ ਲੈ ਕੇ ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਉਤਰਨਾ ਚਾਹੀਦਾ ਹੈ, ਪਰ ਪਾਰਟੀ ਨੇ ਇੱਕ ਅਜਿਹਾ ਉਮੀਦਵਾਰ ਉਤਾਰਿਆ ਹੈ ਜਿਸ ਤੋਂ ਕੋਈ ਨਹੀਂ ਜਾਣਦਾ, ਜੋ ਸਾਫ਼ ਤੌਰ 'ਤੇ ਕਾਂਗਰਸ ਦੀ ਮਦਦ ਕਰਨ ਦੀ ਕੋਸ਼ਿਸ਼ ਹੈ। ਉਹਨਾਂ ਆਰੋਪ ਲਗਾਇਆ ਕਿ ਆਮ ਆਦਮੀ ਪਾਰਟੀ ਨੇ ਦਿੱਲੀ 'ਚ ਕਾਂਗਰਸ ਦਾ ਸਮਰਥਨ ਲੈ ਕੇ ਪਹਿਲੀ ਸਰਕਾਰ ਬਣਾਈ ਸੀ, ਜੋ ਹੁਣ ਭਾਜਪਾ ਦੀ ਮਜ਼ਬੂਤੀ ਦੇਖ ਕੇ ਸਮਝੌਤਾ ਕਰਨ ਨੂੰ ਆਤੁਰ ਹੈ। ਦੇਖੋ ਜੀ, ਨੌਜਵਾਨ ਚਿਹਰਾ ਹੋਣਾ ਕੋਈ ਡਿਸਕੁਆਲੀਫਿਕੇਸ਼ਨ ਨਹੀਂ ਗੀ, ਮੁਬਾਰਕਾਂ ਕਿ ਯੂਥ ਵੀ ਪੋਲੀਟਿਕਸ 'ਚ ਹਿੱਸਾ ਲੈਂਦਾ, ਪਰ ਅਫਸੋਸ ਇਹ ਹੈ ਕਿ ਇਸ ਤਰ੍ਹਾਂ ਦਾ ਅਨਨੋਨ ਬੰਦੇ ਨੂੰ ਉਹਨਾਂ ਨੇ ਇਹ ਸੀਟ ਦਿੱਤੀ ਹੈ ਕਿ ਜਿਹਦੇ ਨਾਲ ਕਾਂਗਰਸ ਨੂੰ ਫਾਇਦਾ ਹੋਵੇ। ਫਿਰ ਤੁਸੀਂ ਰੋਜ਼ ਅਖਬਾਰਾਂ 'ਚ ਪੜ੍ਹਦੇ ਰਹੇ ਹੋ ਕਿ ਉਹਨਾਂ ਦੀ ਕਾਂਗਰਸ ਨਾਲ ਕਿੰਨੀ ਸੀਰੀਅਸ ਨੈਗੋਸੀਏਸ਼ਨ ਚੱਲਦੀ ਰਹੀ ਸੀਟ ਡਿਸਟ੍ਰੀਬਿਊਸ਼ਨ 'ਤੇ। ਜਦ ਉਹਨਾਂ ਨੂੰ ਇਹ ਫੀਡਬੈਕ ਆਈ ਕਿ ਸੀਟ ਡਿਸਟ੍ਰੀਬਿਊਸ਼ਨ ਨਾਲ ਸ਼ਾਇਦ ਵੋਟ ਖਿੰਡਰ ਨਾ ਜਾਵੇ, ਤਾਂ ਉਹਨਾਂ ਨੇ ਆਪਸ 'ਚ ਲੜਨ ਦਾ ਫੈਸਲਾ ਕਰ ਲਿਆ। ਸੋ ਆਮ ਆਦਮੀ ਪਾਰਟੀ ਪ੍ਰੈਕਟੀਕਲੀ ਜਿਸ ਤਰ੍ਹਾਂ ਲੋਕਾਂ ਦਾ ਵਿੱਚ ਉਭਾਰ ਆਇਆ ਸੀ, ਉਹ ਲੋਕ ਅੱਜ ਠੱਗੇ ਹੋਏ ਮਹਿਸੂਸ ਕਰਦੇ ਉਹਨਾਂ ਦੇ ਕੰਮਾਂ ਤੋਂ, ਉਹਨਾਂ ਦੀ ਪਾਲਿਸੀ ਤੋਂ, ਉਹਨਾਂ ਦੇ ਪ੍ਰੋਗਰਾਮ ਤੋਂ, ਸੋ ਉਹਦੀ ਉਹਨਾਂ ਦੀ ਕੋਈ ਹੋਂਦ ਨਹੀਂ ਗੇ। ਇਸ ਦੌਰਾਨ ਸੰਗਰੂਰ ਤੋਂ ਆਪ ਵਿਧਾਇਕ ਭਗਵੰਤ ਮਾਨ ਨੂੰ ਇੱਕ ਪਿੰਡ ਤੋਂ ਭਜਾਏ ਜਾਣ ਨੂੰ ਲੈ ਕੇ ਉਹਨਾਂ ਕਿਹਾ ਭਗਵੰਤ ਮਾਨ ਖੁਦ ਸ਼ਰਾਬ ਲਈ ਬਦਨਾਮ ਹਨ। ਦੇਖੋ ਜੀ, ਭਗਵੰਤ ਮਾਨ ਗੱਲ ਹੈ ਜਿਹੜਾ ਮਦਾਰੀ ਹੁੰਦਾ ਨਾ, ਜਦੋਂ ਵਾਰ ਵਾਰ ਦਿਖਾਈ ਜਾਂਦਾ ਕਿ ਇਹ ਮਰਿਆ ਹੋਇਆ ਕਬੂਤਰ ਨਹੀਂ ਮੈਂ ਜਿੰਦਾ ਕੀਤਾ, ਮਰਿਆ ਹੋਇਆ ਥੱਲੇ ਪਿਆ ਜਿੰਦਾ ਚੁੱਕ ਲਿਆ, ਜਦ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਇਹ
ਐਂ ਕੰਮ ਕਰ ਰਹੇ, ਫਿਰ ਲੋਕ ਫੜਦੇ ਹੀ ਫੜਦੇ। ਹੁਣ ਭਗਵੰਤ ਸਿੰਘ ਮਾਨ ਉਹਨਾਂ ਨੇ ਬਹੁਤ ਕੁਛ ਕਿਹਾ, ਬਹੁਤ ਕੁਛ ਕਿਹਾ, ਮੈਂ ਉਹਨਾਂ ਨੂੰ ਕਹਿਣਾ ਨਹੀਂ ਚਾਹੁੰਦਾ। ਉਹਨਾਂ ਨੇ ਨਸ਼ੇ ਦੇ ਵੀ ਅਕਾਲੀ ਦਲ ਨੂੰ ਬਦਨਾਮ ਕੀਤਾ ਅਤੇ ਨਿਕਲਿਆ ਕੀ ਐਲਾਨ ਕੀ ਕੀਤਾ, ਡੈਕਲਰੇਸ਼ਨ ਕੀ ਕੀਤੀ ਕਿ ਮੈਂ ਸ਼ਰਾਬ ਛੱਡੀ, ਪਹਿਲਾਂ ਤਾਂ ਨਸ਼ਾ ਆਪ ਛੱਡਿਆ, ਹੁਣ 5 ਸਾਲ ਬਾਅਦ ਫਿਰ 5 ਸਾਲ ਪ੍ਰਚਾਰ ਇਹ ਕਰਦਾ ਰਿਹਾ ਕਿ ਨਸ਼ੇ ਨਾ ਲਓ। ਉਹਨਾਂ ਖੇਤੀ ਨੂੰ ਲੈ ਕੇ ਕਿਹਾ ਕਿ ਜਿਤਨਾ ਸੁਧਾਰ ਮੋਦੀ ਸਰਕਾਰ ਦੇ ਕਾਰਜਕਾਲ ਵਿੱਚ ਹੋਇਆ ਹੈ ਉਹ ਕਦੇ ਨਹੀਂ ਹੋਇਆ। ਐਗਰੀਕਲਚਰ ਇਕਾਨਮੀ ਨੂੰ ਬਚਾਉਣ ਲਈ ਕਿਸਾਨ ਦੀ ਸਾਰ ਲੈਣੀ ਜ਼ਰੂਰੀ ਹੈ। ਦੇਖੋ ਮੈਂ ਕਹਿੰਦਾ ਕਿ ਜੇ ਕਿਸੇ ਨੇ ਪਹਿਲ ਕੀਤੀ ਹੈ ਤਾਂ ਨਰਿੰਦਰ ਮੋਦੀ ਨੇ ਕੀਤੀ ਹੈ, ਭਾਵੇਂ ਉਹ ਬਹੁਤ ਛੋਟੀ ਹੈ। 6,000 ਰੁਪਇਆ ਜਿਹੜਾ ਦਿੱਤਾ, ਭਾਵੇਂ ਉਹਦੇ ਕੋਲ 1.5 ਏਕੜ ਹੈ, ਭਾਵੇਂ ਉਹਦੇ ਕੋਲ 5 ਏਕੜ ਹੈ, 5 ਏਕੜ ਤੋਂ ਥੱਲੇ ਵਾਲੇ ਨੂੰ ਦਿੱਤਾ। ਪਰ NDA ਦੀ ਸਰਕਾਰ ਬਣਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਆਪਣੀ ਪ੍ਰੈਸ਼ਰ ਬਣਾ ਕੇ ਇਹ ਜ਼ਰੂਰ ਕਰੂਗੀ ਕਿ ਇਹ ਮਨੀ ਰਿਸਪੈਕਟੇਬਲ ਕੀਤੀ ਜਾਵੇ, ਜਿਹਦੇ ਨਾਲ ਘੱਟੋ ਘੱਟ ਫਾਈਨੈਂਸ਼ੀਅਲ ਕ੍ਰਾਈਸਿਸ 'ਚੋਂ ਨਿਕਲੇ। ਬਿਊਰੋ ਰਿਪੋਰਟ, ਲੁਧਿਆਣਾ ਵਿਊ।